वेलकम बैक नाजरीन प्रोग्राम में हम, हम बात कर रहे थे जय ये प्रोग्राम अगर अगरचे कॉमेडी जरूर है लेकिन हम इसमें थोड़ा बहुत हासा मजाक भी कर ही लेते हैं मेरे साथ मेरे माँ बोल के मुताबिक मेरे जहेज में आए हुए आशा हुसैन एडवोकेट एडवुड वालेकुम चाचा चाजी वालेकुम असलम की हाल है चाजी मैं ठीक हूं तू दिखा चाचाई वन विलिंग की सजा बतानी थी मैं सुनता हूँ तुम्हारी सजाएं, सुनता हूँ अभी सुन लेते तो चलो टाइम बच जाता आशिक साहब अपने आदत से मजबूर सजाएं सुनाने का शौक पूरा करने लग गए थे कि मैंने इनको रोक दिया ताकि मैं प्रोग्राम का बकायदा आगाज कर सकूं। उन अदर हैंड मेरे साथ प्रोग्राम में मौजूद हैं सोनिया तेरे नाना ने किया ऐसा जादू मेरे वह नि सोनी है, मैं रह तेरे तुम जो इनके साथ मसला हुआ नाजरीन ये को एक्टिंग करने का शौक था एक्टिंग के चक्कर में इनसे हजारों लाखों रुपए लूट लिए है। कहते हैं जी फिल्म इंडस्ट्री का असिस्टेंट डायरेक्टर इनके साथ फ्रॉड करके भाग गया इनको फिल्मों में काम करने का शौक बिल आखिर ले डूबा इनका चौदह पंद्रह लाख और लेके भी चला गया क्योंकि इनको फिल्मों में काम करने का शौक था और इनको कहा गया कि फिल्म की तुम मेन हीरोइन हो और इन्होंने भी मान लिया इन्होंने शीशा देखकर बगैर मान लिया आप मेरा ख्याल है सोनिया की जुबाने ही सुना है तो सोनिया क्या हुआ आपका साथ अस्सलाम वालेकुम सर।, सर मुझे बहुत ज्यादा शौक था एक्टिंग करने का तो मेरी एक दोस्त है वो भी एज ए एक्टर ही काम कर रही है अच्छा ਉਨੇ ਕਹਿਆ ਜਦੋਂ ਵੀ ਕਰਦੇ ਆ ਅੱਛਾ ਕਿਦਾਂ ਪੰਜਾਬੀ ਚਲੋ ਠੀਕ ਮੈਂ ਚਲੀ ਗਈ ਉਹ ਡਾਇਰੈਕਟਰ ਅਸਿਸਟੈਂਟ ਜਿਹੜਾ ਉਹਨੇ ਕਿਹਾ ਜੀ ਤੁਸੀਂ ਕੰਮ ਕਰਨਾ ਮੈਂ ਕਿਹਾ ਹਾਂ ਜੀ ਕਰਨਾ ਤੇ ਉਹਨੇ ਕਿਹਾ ਠੀਕ ਹੈ ਜੇ ਤੁਸੀਂ ਕੰਮ ਕਰਨਾ ਤੇ ਪਹਿਲੇ ਕਰਕੇ ਦਿਖਾਓ ਤੇ ਮੈਂ ਉਹਨੂੰ ਕੰਮ ਦਿਹਾਇਆ ਉਹਨੇ ਕਿਹਾ ਠੀਕ ਹੈ ਤੂੰ ਤੇ ਹੀਰੋਇਨ ਬਣ ਗਈ ਡਰੈਸ ਲਾਂਚ ਮੈਂ ਪਾਸ ਹੋ ਗਈ ਤੇ ਵਿੱਚ ਵਿੱਚ ਮੈਨੂੰ ਮੈਨੂੰ ਕਹਿੰਦਾ ਇਹ ਇੱਕ ਬੜਾ ਮੁਸ਼ਕਲ ਸੀ ਰਹਾ ਇਹ ਤੂੰ ਕਰਕੇ ਦਿਖਾ ਮੈਂ 2 ਮਿੰਟ ਲੱਗੇ ਕਰ ਦੇਤਾ ਅੱਛਾ ਤੂੰ ਪੁੱਛਿਆ ਹੋਵੇ ਕੁਝ ਨਹੀਂ ਕੋ ਗੱਲ ਕੀ ਪੁੱਛਦੀ ਕੀ ਕੀ ਆ ਚਲੋ ਜੀ ਪੈਸੇ ਕਿੱਦਾਂ ਖਾਦੇ ਉਹ ਹੀ ਤਾਂ ਦੱਸਣ ਲੱਗੀ ਪਹਿਲੇ ਮੈਨੂੰ ਜ਼ਰਾ ਸਟਾਰਟ ਤੇ ਕਰਨ ਦੇ ਚਲ ਸਟਾਰਟ ਹੋ ਜਾ ਪਹਿਲਾਂ ਪੈਸੇ ਇਦਾਂ ਹੋਏ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇਹ ਫਿਲਮ ਦੇ ਵਿੱਚ ਨਾਲ ਸਾਡੇ ਪ੍ਰੋਡਿਊਸਰ ਬਣ ਜਾ ਪੈਸੇ ਤੂੰ ਵੀ ਲਾ ਅਸਹੀ ਗੱਲ ਆ ਬਗਾਰ ਪੈਸੇ ਤੋਂ ਹਟਵਾਣ ਵਾਲਾ ਕੋਈ ਸਮਝ ਨਹੀਂ ਆ ਰਿਹਾ ਗੇਮ ਹਾਂਜੀ ਉਹਨਾਂ ਨੇ ਕਿਹਾ ਕਿ 10 ਲੱਖ ਜਿਹੜਾ ਕਿਦੋਂ ਕਰ ਲਾ ਤੂੰ ਰੈਸਲ ਤੋਂ ਬਾਅਦ ਵੀ ਜੀ ਬਿਲਕੁਲ ਰੈਸਲ ਤੇ ਹੋ ਗਈ ਸੀ ਜੀ ਜੀ ਉਸ ਉਸ ਤੋਂ ਬਾਅਦ ਦੀ ਗੱਲ ਮੈਂ ਕਿਹਾ ਠੀਕ ਹੈ ਜੀ ਲੈ ਹੁਨੀ ਤੂੰ ਮੰਨ ਗਈ ਹਾਂਜੀ ਐਕਟਿੰਗ ਦਾ ਸ਼ੌਕ ਸੀ ਹੀਰੋਇਨ ਬਣਨ ਦਾ ਜਿਹੜਾ ਮੈਨੂੰ ਜਨੂਨ ਸੀ ਹਾਂਜੀ ਉਹਨਾਂ ਨੂੰ ਫਿਰ ਮੇਰੇ ਤੋਂ ਵੀ ਬਹੁਤ ਜਨੂਨ ਸੀ ਬਾਬਾ ਜਨੂਨ ਹੀ ਹੁੰਦਾ ਰਿਹਾ ਬਸ ਹਾ ਜਜ਼ਬਾ ਜਨੂਨ ਤੋਂ ਹਿੰਮਤ ਨਾ ਹਾਰ ਹਾਂ ਇੱਕ ਪਾਣੀ ਵਾਲੀ ਬਾਲਟੀ ਭਰ ਕੇ ਮੈਨੂੰ ਕਹਿੰਦੇ ਇਹਦੇ ਵਿੱਚ ਤੂੰ ਪੂਰਾ ਮੂੰਹ ਡੋਬੋ ਕੇ ਰੱਖਣਾ ਅੱਧਾ ਘੰਟਾ ਇਹ ਸੀਨ ਦੀ ਡਿਮਾਂਡ ਸੀ ਮੈਨੂੰ ਲੱਗਦਾ ਏ ਉਸ ਡਾਇਰੈਕਟਰ ਦੀ ਆਪਣੀ ਡਿਮਾਂਡ ਸੀ ਮੈਂ ਕਿਹਾ ਵੀ ਫਿਲਮ ਆ ਚਲੋ ਫਿਲਮ ਦੇ ਵਿੱਚ ਕਈ ਕੁਝ ਕਰਨਾ ਪੈਣਾ ਠੀਕ ਹੈ ਤੂੰ ਮੂਡ ਬੋਟਾ ਮੇਰਾ ਫੇਸ ਸਾਹ ਬੰਦ ਹੋਇਆ ਜਦੋਂ ਮੇਰਾ ਸਾਹ ਬੰਦ ਹੋਇਆ ਮੈਂ ਕਿਹਾ ਵੀ ਮੈਂ ਨਹੀਂ ਕਰਨਾ ਅਭਿਉ ਨੀ ਕੋ ਸੀਨ ਦੇ ਵਿੱਚ ਮੇਰਾ ਸਾਹ ਬੰਦ ਹੋ ਗੇ ਮੈਂ ਮਰ ਜਾਵਾਂ ਤੇ ਫੇਰ ਕੀ ਰਹਿ ਗਿਆ ਇਦਾਂ ਦੀ ਐਕਟਿੰਗ ਤੇ ਨਾ ਹੁੰਦੀ ਜੀ ਕੈਮਰਾ ਵੀ ਨਹੀਂ ਸੀ ਔਨ ਕਰਦੇ ਉਦਾਂ ਹੀ ਮੈਂ ਐਕਟਿੰਗ ਕਰਦੀ ਰਹੀ ਹੈਲੋ ਬੋਟਾ ਜੀ ਹਲੋ ਬੋੜੀ ਜੈ ਓ ਬੂਟਾ ਜੀ ਮੈਂ ਚైనਾਂ ਦੇ ਵਿੱਚੋਂ ਗੱਲ ਕਰ ਰਿਹਾ ਜੀ ਜੇ ਬੂਟਾ ਜੀ ਮੈਂ ਚైనਾਂ ਤੋਂ ਬੋਲ ਰਿਹਾ ਚైనਾਂ ਤੋਂ ਹਾਂਜੀ ਚైనਾਂ ਤੋਂ ਬੋਲ ਰਿਹਾ ਇੱਥੇ ਕੰਮ ਆਇਆ ਸੀ ਇੱਕ ਤੇ ਪੰਜਾਬੀ ਬੋਲਿਆ ਨਾ ਤੂੰ ਓ ਯਾਰ ਮੈਂ ਚਾਈਨੀਜ਼ ਦੇ ਵਿੱਚ ਗੱਲ ਕਰ ਬੂਟਾ ਜੀ ਉਹ ਪਾਕਿਸਤਾਨ ਦਾ ਹੀ ਆ ਹਾਂਜੀ ਮੈਂ ਪਾਕਿਸਤਾਨ ਦਾ ਹੀ ਆ ਯਾਰ ਜੇ ਤੇ ਬੂਟਾ ਜੀ ਮੈਂ ਇੱਥੇ ਜਿਹੜਾ ਡਰੈੱਸ ਲੈ ਕੇ ਆਇਆ ਮੈਨੂੰ ਉਸ ਡਰੈੱਸ ਦੀ ਸਮਝ ਨਹੀਂ ਆਉਂਦੀ ਮੈਂ ਕਿਸੇ ਬੰਦੇ ਨੂੰ ਲੱਭਣ ਆਇਆ ਮੈਨੂੰ ਨਜ਼ਰ ਨਹੀਂ ਆ ਰਿਹਾ ਪੂਰੇ ਚైనਾਂ 'ਚ ਮੈਨੂੰ ਰਸਤੇ ਸਮਝ ਨਹੀਂ ਆ ਰਹੀ ਮੈਂ ਇਸ ਟਾਈਮ ਖੜਾ ਵਾਂ ਸ਼ਿੰਕੇ ਚੌਂਕ 'ਚ ਸ਼ਿੰਕੇ ਖੜਾਓ ਹਾਂਜੀ ਹਾਂਜੀ ਆ ਜ਼ੂਬੂ ਜ਼ੂਕੀ ਮਹੱਲੇ ਦੇ ਨਾਲ ਹੀ ਆ ਯਾਕੂਹਾਮਾ ਪਾਨਾ ਵਾਲਾ ਨਾ ਹਾਂਜੀ ਆ ਉਹਦੇ ਨਾਲ ਹੀ ਸਾਵਾ ਨਾਕੋ ਕਲੋਨੀ ਦੇ ਵਿੱਚ ਆ ਮੈਨੂੰ ਜਰਾ ਪਲੀਜ਼ ਉਹਦਾ ਐਡਰੈਸ ਤੇ ਸਮਝਾਓ ਟੂ ਸੀ 12 ਰੱਖਿਆ ਖੜਾਓ ਤੇ ਸਿੱਧੇ ਯੋਕੋਸ਼ੀਮਾ ਚਲੇ ਜਾਓ ਆ ਯੋਕੋਸ਼ੀਮਾ ਜਿਹੜਾ ਨਾਯੂ ਨਾਕੀ ਦੇ ਨਾਲ ਆ ਹਾਂਜੀ ਅੱਗੇ ਆਏਗਾ ਸ਼ੀਲੂ ਚਭਾਲੂ ਹਾਂਜੀ ਅੱਛਾ ਉੱਥੇ ਚਲਾਗਾ ਉੱਥੇ ਕੀ ਕਰੂੰ ਜਾ ਕੇ ਓ ਭਲਾ ਮੈਂ ਲੱਪਣ ਕਿਨੂੰ ਆਇਆ ਗੱਲ ਤਾਂ ਸੁਣ ਲੈ ਜਿੰਨੂੰ ਵੀ ਲੱਪਣ ਆਇਆ ਯਾਰ ਸੁਣ ਤੇ ਲਾ ਅੱਛਾ ਬਿੰਕੇ ਸ਼ਾਲਾ ਚਲਾ ਜਾ ਓ ਬੋਟਾ ਜੀ ਗੱਲ ਤੇ ਸੁਣ ਲਓ ਮੈਨੂੰ ਇੱਕ ਬਿਮਾਰੀ ਐਸੀ ਲੱਗ ਗਈ ਸੀ ਪਾਕਿਸਤਾਨ 'ਚ ਜਿਹਦਾ ਇਲਾਜ ਸਿਰਫ ਇੱਥੇ ਦੇ ਇੱਕ ਬੰਦੇ ਦੇ ਕੋਲ ਹੀ ਆ ਮੇਰਾ ਨਾਮ ਲੈਣਾ ਯਾਰ ਉੱਥੇ ਇੱਕ ਹਕੀਮ ਆਖਾਈ ਮਲਕ ਸੂਜ਼ੂ ਕਾਚੀ ਉਹਦੇ ਕੋਲ ਚਲਾ ਜਾ ਹੋ ਜਾਗਾ ਦਵਾਈ ਖਾ ਠੀਕ ਹੋ ਜਾਣਾ ਓ ਯਾਰ ਜਿਹੜਾ ਬੰਦੇ ਦਾ ਜਿਹਦੇ ਕੋ ਮੈਂ ਜਾਣਾ ਉਹਦੀ ਸਿਰਫ ਸ਼ਕਲ ਮੈਂ ਵੇਖਣੀ ਤੇ ਮੈਨੂੰ ਆਰਾਮ ਆ ਜਾਣਾ ਮੈਨੂੰ ਇੱਥੇ ਰਸਤਾ ਸਮਝਾਓ ਬਸ ਆਸ਼ਿਕ ਸਾਹਿਬ ਆਪ ਇਸੇ ਜ਼ਿਆਦਾ ਸਮਝਾ ਦੇ ਮੈਂ ਤੇ ਤਾਂ ਨਹੀਂ ਸਮਝ ਰਹਾ ਮੇਰੀ ਉਥੇ ਇੱਕ ਖਾਲਾ ਰਹਿੰਦੀ ਸੀ ਸ਼ੀਕੋਪੁਰੇ ਲੇਕਿਨ ਉਹ ਪਤਾ ਨਹੀਂ ਉਹ ਹਾਇ ਕਰਨ ਨਹੀਂ ਅਹ ਦੇਖੋ ਭਾਈ ਜਨ ਵੈਸੇ ਤੇ ਲਾਜ ਪਾਕਿਸਤਾਨ ਚ ਵੀ ਬੜਾ ਬੜਾ ਅੱਛਾ ਸੀ ਨਹੀਂ ਤੁਸੀਂ ਚੈਰਾ ਦੇ ਵਿੱਚ ਇਥੋਂ ਕਿਸੇ ਨੂੰ ਪੁੱਛੋ ਜੀ ਕਿ ਮੈਂ ਮਨਾਰੇ ਪਾਕਿਸਤਾਨ ਜਾਣਾ ਪਹਿਲੇ ਤੁਸੀਂ ਉੱਥੇ ਪਹੁੰਚੋ ਨਾ ਉਥੋਂ ਸਾਰੀਆਂ ਗੱਡੀਆਂ ਜਾਂਦੀਆਂ ਨੇ ਜਿੱਚ ਮਰਜ਼ੀ ਉੱਤੇ ਬੈਗ ਚਲੇ ਜਾਣਾ ਕੋਈ ਐਸਾ ਰੌਲੇ ਵਾਲੀ ਗੱਲ ਨਹੀਂ ਹੈ ਕਿਸੇ ਵੀ ਵੈਗਣ ਵਾਲੇ ਨੂੰ ਕਹਿਣਾ ਕਿ ਚੀਕਾ ਮਾਕਾ ਜੀਆ ਬਈ ਕਾ ਇਆਂ ਇਆਂ ਉਹ ਤੋਂ 20 ਰੁਪਏ ਲੇਗਾ ਤੁਹਾਨੂੰ ਚਬੁਰਜੀ ਸ਼ਾਕਾ ਲਾ ਦੇਗਾ ਲਓ ਅੱਛਾ ਜੀ ਰਸਤੇ 'ਚ ਕਿਸੇ ਵੀ ਸਵਾਰੀ ਦੇ ਕੋਲੋਂ ਚੀਕੂ ਲੈ ਕੇ ਨਹੀਂ ਖਾਣਾ ਜੋ ਮੇਰਾ ਗੁਗਲੂ ਮੁਗਲੂ ਉਥੋਂ ਲੱਭ ਜੂਗਾ ਕਿ ਨਹੀਂ ਫਿਰ ਉਹ ਤੁਹਾਡਾ ਜਿਹੜਾ ਗੁਗਲੂ ਮੁਗਲੂ ਆ ਨਾ ਤੁਸੀਂ ਉਹਨੂੰ ਪਹਿਲੇ ਇੱਕ ਫੋਨ ਕਰ ਲਓ ਮੈਂ ਕੀਤਾ ਸੀ ਉਹ ਕਹਿੰਦਾ ਆ ਜਾ ਬਸ ਤੇ ਫੇ ਚਲਾ ਜਾ ਰੋਲਾ ਕਾਦਾ ਉਹ ਯਾਰ ਡਰੈਸ ਅੱਛਾ ਉਹ ਬੂਢਾ ਜੀ ਇੱਥੇ ਕੋ ਤੁਹਾਡਾ ਤਲਕ ਵਾਲਾ ਕੋ ਵਾਕਫ ਹੈਗਾ ਤੁਹਾਨੂੰ ਫੋਨ ਕਰੋਗੇ ਨਾ ਮੈਨੂੰ ਲੈ ਜਾਵੇ ਯਾਰ ਮੇਰਾ ਇੱਕ ਯਾਰ ਆਜੂ ਥੇ ਲੈ ਕਰੋ ਮੈਨੂੰ ਹੋਰ ਨਹੀਂ ਪਤਾ ਮੈਨੂੰ ਯਾਰ ਤੁਸੀਂ ਕਿੱਥੇ ਹੋ ਇਸ ਟਾਈਮ ਮੈਂ ਗੱਡੀ ਸ਼ਾਹ ਹੂੰ ਉਹ ਯਾਰ ਮੈਂ ਕਿੱਥੇ ਜਾਵਾਂ ਇਸ ਟਾਈਮ ਯਾਰ ਮੈਨੂੰ ਇੱਕ ਤੇ ਬੋਲੀ ਵੀ ਇਹਨਾਂ ਦੀ ਸਮਝ ਆਉਂਦੀ ਹੀ ਆਹ ਲੋ ਉਹ ਯਾਰ ਪਤਾ ਨਹੀਂ ਕਿ ਜੀ ਅਜੀਬ ਹੀ ਜਿੰਕਾ ਮਾਕਾ ਜੀਕਾ ਕਰੀ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਪਾਜਨ ਮੈਂ ਤੁਹਾਨੂੰ ਇੱਕ ਪਹਿਲੇ ਇੱਕ ਛੋਟੀ ਜੀ ਗੱਲ ਦੱਸ ਦਿਆਂ ਕਿ ਕਿਸੇ ਹੋਰ ਬੋਲੀ ਵਾਲੇ ਨੂੰ ਆਪਣੀ ਬੋਲੀ ਦੇ ਵਿੱਚ ਗਾਲਾਂ-ਗੋਲਾਂ ਕੱਢਣੀਆਂ ਇਹਦੀ ਵੀ ਕਾਨੂੰਨ ਦੇ ਵਿੱਚ ਸਜ਼ਾ ਆਹ ਲੋ ਫੜੋ ਕਿੰਨੀ ਸਜ਼ਾ ਜੀ ਇਹ ਉਹਨਾਂ ਨੂੰ ਪਤਾ ਹੋਏਗਾ ਉਹ ਯਾਰ ਮੈਂ ਬਿਮਾਰ ਆਦਮੀ ਯਾਰ ਮੈਂ ਉਹਨੂੰ ਵੇਖ ਕੇ ਬਸ ਠੀਕ ਹੋ ਜਾਣਾ ਮੈਨੂੰ ਪਤਾ ਨਾ ਬੇਟਾ ਉੱਥੇ ਕੋਈ ਹਰਕਤ ਨਾ ਕਰੀ ਉਹ ਸਾਰੇ ਨੂੰ ਉੱਥੇ ਜੁੱਡੋ ਕਾਰਾਟੇ ਵੀ ਆਉਂਦੇ ਹੀ ਪਾਕਿਸਤਾਨੀਆਂ ਨੂੰ ਸਿਰਫ ਖਰਾਟੇ ਹੁੰਦੇ ਆ ਉਹਨਾਂ ਨੂੰ ਜੁਡੋ ਖਰਾਟੇ ਵੀ ਹੁੰਦੇ ਆ ਇਸ ਤੋਂ ਪੰਗਾ ਕਿਸੇ ਦੇ ਨਾਲ ਨਾ ਲਈ ਉੱਤੇ ਅੱਛਾ ਜੀ ਦੁਆ ਕਰਨਾ ਮੈਨੂੰ ਮਿਲ ਜਵੇ ਜਰੂਰ ਜੀ ਅੱਲਾਹ ਕਰੇ ਜੀ ਤੁਹਾਡਾ ਓਕੇ ਜੀ 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 ਸੋਨੀਆ ਤੁਸੀਂ ਨੇ ਦੇਖਾ ਕਿੰਨਾ ਪਿਆਰੇ ਕੋਲਰ ਆਤੇ ਮਾਰੇ ਹਨ ਜੀ ਕੋਈ ਗੱਲ ਨਹੀਂ ਤੋਂ ਮੈਂ ਦੱਸ ਰਹੀ ਸੀ ਇੱਕ ਸੀਨ ਹੋਰ ਅਸੀਂ ਕੀਤਾ ਤੂੰ ਕੋਈ ਰਿਕਾਰਡ ਵੀ ਹੋਇਆ ਕਿ ਨਹੀਂ ਤੁਸੀਂ ਨਾਲੇ ਦੇਖੋ ਨਾ ਕੈਮਰਿਆਂ ਦਾ ਕੈਮਰੇ ਵੀ ਬੰਦ ਹੈ ਤੁਸੀਂ ਹਿਸਲ ਕਰੀਏ ਤੁਸੀਂ ਪਹਿਲੇ ਕਨਫਰਮ ਕਰਨਾ ਸੀ ਕਿ ਕਿਤੇ ਕੈਮਰੇ ਕੋਈ ਔਨ ਤੇ ਨਹੀਂ ਨਾ ਨਹੀਂ ਜੀ ਇਹ ਤਾਂ ਮੂਝੇ ਤੋਂ ਨਹੀਂ ਪਤਾ ਕੈਮਰੋ ਕਾ ਤੁਸੀਂ ਐਵੇਂ ਹੀ ਹਿਸਲ ਕਰਦੇ ਰਹੇ ਨਹੀਂ ਦੇਖੋ ਨਾ ਕੈਮਰਿਆਂ ਦਾ ਪਤਾ ਕਰਨਾ ਚਾਹੀਦਾ ਕਿ ਕੈਮਰੇ ਚੱਲਦੇ ਹੈ ਕਿ ਨਹੀਂ ਹਾਂਜੀ ਬਿਲਕੁਲ ਸਹੀ ਉਪਰੋਂ ਤੁਹਾਨੂੰ ਜਿੱਦਾਂ ਕਹਿੰਦੇ ਰਹੇ ਵੀ ਇਹਨੇ ਪੈਸੇ ਲਿਆ ਆਏ ਨੇ ਪੈਸੇ ਲਿਆ ਇਹਨੇ ਲੱਕ ਤੂੰ ਦਿੰਦੇ ਤੁਸੀਂ ਰਾਮ ਦੇ ਨਾਲ ਦਿੰਦੇ ਕੋਈ ਪੁੱਛ ਕੇ ਈ ਨਹੀਂ ਬਾਲਟੀ ਚ ਮੂੰਹ ਵੀ ਅਧਾ ਘੰਟਾ ਡਬਾਉਣਾ ਜੀ ਬਸ ਸ਼ੌਕ ਚ ਕਰਨਾ ਪਿਆ ਅੱਛਾ ਉਸ ਤੋਂ ਬਾਅਦ ਫਿਰ ਅੱਗੇ ਕੀ ਹੋਇਆ ਜ਼ਰਾ ਉਹ ਦੱਸੋ ਉਸਕੇ ਬਾਅਦ ਉਹਨਾਂ ਨੇ ਮੈਨੂੰ ਕਹਿੰਦੇ ਵੀ ਤੇਰੇ ਪਿੱਛੇ ਜਿਹੜਾ ਨਾ ਉਹ ਡਾਕੂ ਲੱਗੇ ਆ ਤੇ ਤੂੰ ਪਾਣੀ ਵਾਲੀ ਟੈਂਕੀ ਚ ਫੜ ਕੇ ਲੁਕਣਾ ਮੈਂ ਕਿਹ ਇਹ ਕਿਹੜੀ ਫਿਲਮ ਆ ਤੂੰ ਹੁਣ ਤੱਕ ਕਿੰਨੀਆਂ ਕਿ ਸ਼ੂਟਿੰਗਾਂ ਕਰ ਲਈਆਂ ਇੱਥੇ ਸਾਨੂੰ ਵੀ ਥੋੜਾ ਜਿਹਾ ਜ਼ਰਾ ਕੋਈ ਐਕਟਿੰਗ ਕਰਕੇ ਵਹਾਨ ਨਹੀਂ ਦੇਖੋ ਇਸ ਤਰ੍ਹਾਂ ਨਹੀਂ ਹੁਣ ਉਹ ਤੇ ਗਾਣੇ ਸ਼ੂਟ ਗਾਣੇ ਦੀ ਰੈਹਸਲ ਸੀ ਗਾਣੇ ਸ਼ੂਟ ਹੁੰਦੇ ਸੀ ਜਦੋਂ ਮੈਂ ਕਹਿੰਦੀ ਸੀ ਮੈਨੂੰ ਦਿਖਾਓ ਜ਼ਰਾ ਤੇ ਕਹਿੰਦੇ ਸੀ ਕਿ ਜੀ ਬਾਅਦ ਸੀ ਤੁਹਾਨੂੰ ਬਾਅਦ ਵਿੱਚ ਦਿਖਾਵਾਂ ਤਾਲਾਣਾ ਮੈਂ ਵੀ ਚੁੱਪ ਕਰ ਜਾਂਦੀ ਸੀ ਮੈਨੂੰ ਇਹ ਡਰ ਸੀ ਮੇਰਾ ਗਾਣਾ ਮੇਰੇ ਤੋਂ ਪਹਿਲੇ YouTube ਤੇ ਨਾ ਕਿਤੇ ਚਲਾ ਜਾਏ ਕਿਉਂਕਿ ਲੱਗ ਰਿਹਾ ਸੀ ਕਿ ਰਿਕਾਰਡਿੰਗ 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 ਹੋ ਰਹੀ ਹੈ ਰੈਸਲ ਦੀ ਵੀ ਰਿਕਾਰਡਿੰਗ ਹੁੰਦੀ ਆ ਹਰ ਰੈਸਲ ਦੀ ਵੀ ਕਿਤੇ ਹੋਈ ਹੋਣੀ ਹੈ ਮੈਨੂੰ ਸ਼ੱਕ ਪੈ ਰਿਹਾ ਓਏ ਹੋਏ ਇਹ ਤਾਂ ਬਸ ਕਿਉਂਕਿ ਗਾਣੇ ਜਿਹੜੇ ਸੀ ਨਾ ਉਹ ਕਾਫੀ ਅੱਛੇ ਸੀ ਅੱਜ ਕੱਲ੍ਹ ਦੇ ਦੇਖ ਲਓ ਗਾਣਿਆਂ ਦੀ ਪਬਲਿਸੀਟੀ ਕਿੰਨੀ ਹੈ ਕਿ ਹਲੇ ਮੈਂ ਦੱਸਿਆ ਹੀ ਤੇ ਬੂਟੇ ਹੋਣਾਂ ਦੀ ਜ਼ੁਬਾਨ ਬਾਹਰ ਆ ਗਈ ਅੱਛਾ ਮੈਨੂੰ ਯਾਦ ਆਇਆ ਮੈਨੂੰ ਡਾਇਰੈਕਟਰ ਕਹਿੰਦਾ ਵੀ ਇੱਕ ਸੀਨ ਆ ਉਹਦੇ ਵਿੱਚ ਤੂੰ ਸਾਬਤ ਖਰਬੂਜ਼ਾ ਮੂੰਹ ਚ ਪਾਉਣਾ ਹਾਂ ਹਾਂਜੀ ਮੈਂ ਕਿਹਾ ਚਲੋ ਸੀਨ ਆ ਠੀਕ ਹੈ ਉਹ ਛੋਟੇ ਖਰਬੂਜ਼ੇ ਵੀ ਮਿਲ ਜਾਂਦੇ ਨੇ ਨਾ ਬਾਜ਼ਾਰੋਂ ਫਿਲਮ ਦੇ ਵਿੱਚ ਡਿਮਾਂਡ ਹੁੰਦੀ ਜੀ ਡਾਇਰੈਕਟਰ ਦੀ ਕੁਝ ਨਹੀਂ ਕਿਹਾ ਹਾਂਜੀ ਮੈਂ ਵੀ ਇਹੀ ਸੋਚਿਆ ਨਾ ਤੁਸੀਂ ਸ਼ੌਕ ਚ ਕਰ ਦੇਗੇ ਮੈਂ ਤੇ ਹੀਰਵੰਦ ਦੇ ਚੱਕਰ ਚ ਲੱਗੀ ਸੀ ਆ ਤੇ ਉਹ ਹੀਰਵੰਦ ਦੇ ਉੱਤੇ ਲੱਗੇ ਰਹੇ ਇੱਕ ਦਫਾ ਮੈਨੂੰ ਕਹਿੰਦੇ ਭਈ ਇੱਕ ਦਿਨ ਇੱਕ ਸੀਨ ਕਹਿੰਦੇ ਵੀ ਤੂੰ ਮੰਜੀ ਚੁੱਕਣੀ ਹੈ ਚੋਰੀ ਕਿਸੇ ਦੀ ਤੇ ਦੌੜ ਲਾ ਦੇਣੀ ਮੈਂ ਕਿਹਾ ਠੀਕ ਹੈ ਸੀਨ ਦੀ ਡਿਮਾਂਡ ਆ ਤੇ ਠੀਕ ਹੈ ਨਾਦੇ ਸ਼ੌਟਸਾ ਵਕਫਾ ਲੱਗੇ ਮਿਰਚਾਂ ਇੱਕ ਸ਼ੌਟ ਬ੍ਰੇਕ ਆਪਾ